ਬਾਈ ਜੀ, ਕੀ ਨਾਮ ਆ ਤੁਹਾਡਾ ਅਤੇ ਤੁਸੀਂ ਕੀ ਕੰਮ ਕਰਦੇ ਹੋ ਅਤੇ ਉਸ ਦਿਨ ਕੀ ਗੱਲਬਾਤ ਹੋਈ ਸੀ, ਪੂਰੀ ਗੱਲ ਦੱਸੋ। ਮੇਰਾ ਨਾਮ ਬਿੰਦਰਾ ਵੀਰ ਜੀ ਅਤੇ ਮੈਂ ਲੇਬਰ ਦਾ ਕੰਮ ਕਰਦਾ ਅਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਛੁੱਟੀ ਹੁੰਦੀ 1 ਵਜੇ ਕਿੱਦਣ ਦੀ ਗੱਲ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ। ਅਤੇ ਉਹ ਮੈਂ ਗਿਆ ਅਤੇ ਉੱਥੇ ਭੂਟੂਰਾਂ ਦੀ ਪਲੇਟ 20 ਰੁਪਏ ਦੀ ਹੁੰਦੀ ਆ, ਆਮ ਅਸੀਂ ਖਾਂਦੇ ਹਾਂ, ਅਤੇ ਉਸ ਦਿਨ ਮੈਥੋਂ ਉਹਨੇ 40 ਰੁਪਏ ਲੈ ਲਏ ਜੀ। ਮੇਰੀ ਜੇਬ ਦੇ ਸਿਰਫ 50 ਰੁਪਏ ਸੀਗੇ ਅਤੇ 50 ਰੁਪਏ ਲੈ ਲਏ ਜੀ। ਮੈਨੂੰ ਬਹੁਤ ਔਖਾ ਲੱਗਿਆ ਵੀ ਇਹਨੇ ਮੇਰੇ ਤੋਂ ਇੰਨੇ ਪੈਸੇ ਲੈ ਲਏ ਅਤੇ ਮੈਂ ਉਹਦੀ ਕੰਪਲੇਂਟ ਕਰੀ ਜੀ DC ਸਾਹਿਬ ਦੇ। ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ? ਹਾਂ ਬਿਲਕੁਲ ਖਾਂਦਾ ਸੀਗਾ ਜੀ, ਅਤੇ ਉਹਨੇ ਉਦਣ ਮੇਰੇ ਤੋਂ 40 ਰੁਪਏ ਲੈ ਲਏ ਜੀ। ਤੁਸੀਂ ਕੀ ਗੱਲਬਾਤ? ਮੈਂ ਉਹਨੂੰ ਕਿਹਾ ਮੈਂ ਤੂੰ ਧੱਕਾ ਕਰ ਰਿਹਾ, ਤੂੰ ਜ਼ਿਆਦਾ ਪੈਸੇ ਲੈ ਰਿਹਾ। ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਜੀ, ਐਂ ਵੱਧ ਗਿਆ। ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ, ਤੂੰ ਇੰਨਾ ਥੋੜ੍ਹੇ ਦਿਨਾਂ ਬਾਅਦ ਰੇਟ ਵਧਾ ਦੇਣਾ, ਤੂੰ ਗਲਤ ਕਰ ਰਿਹਾ ਕੰਮ ਇਹ। ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜ੍ਹੇ ਪੈਸੇ? ਹੋਰ ਮੈਂ ਮਤਲਬ ਥੋੜ੍ਹੇ ਪੈਸਿਆਂ 'ਚ ਮੇਰਾ ਗੁਜ਼ਾਰਾ ਹੁੰਦਾ ਸੀਗਾ, ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪੈ ਗਏ ਜੀ ਮੈਨੂੰ ਮਜ਼ਬੂਰੀ 'ਚ। ਇਹੋ ਜਿਹੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਅਫਸਰ ਤੁਹਾਡੀ ਮਦਦ ਕਰਨਗੇ? ਜੀ ਮੈਨੂੂੰ ਤਾਂ ਇਹੀ ਆਸ ਕਰਕੇ ਮੈਂ ਕੰਪਲੇਂਟ ਕਰੀ ਜੀ, ਮੇਰੀ ਮਦਦ ਕਰਨਗੇ। ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ, ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੇਂਟ ਕਰ ਰਿਹਾ, ਇਹ ਕੋਈ ਗੱਲ ਆ ਕਰਨ ਵਾਲੀ? ਪਰ ਅੱਜ ਤੁਸੀਂ ਮੇਰੇ ਕੋਲ ਪਹੁੰਚੋ, ਮੇਰੀ ਗੱਲ ਸੁਣੀ ਆ। ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨੂੰ ਨਾਲ ਲੈ ਕੇ ਗਏ? ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ, ਮੈਂ ਤਾਂ ਖੁਦ ਹੀ ਗਿਆ ਸੀ। ਉਦੋਂ ਅਰਜੀ ਨਵੀਸ ਤੋਂ ਅਰਜੀ ਲਿਖਿਆ ਜੀ ਅਤੇ ਮੈਂ DC ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਂਟ ਦੇ ਕੇ ਆਇਆ ਜੀ। ਪ੍ਰਸ਼ਾਸਨ ਦੇ ਵੱਲੋਂ ਤੁਹਾਡੀ ਕੰਪਲੇਂਟ ਦੇ ਉੱਪਰ ਕੀ ਅਸਰ ਹੋਇਆ, ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ? ਕਾਗਜ਼ ਪੱਤਰ ਫੜੇ ਤੁਹਾਡੇ? ਹਾਂਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਅਤੇ ਉਹਦੇ ਤਾਂ ਕਰਕੇ ਤੁਸੀਂ ਮੇਰੇ ਕੋਲ ਆਏ ਹੋ ਜੀ। ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ, ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ? ਬਿਲਕੁਲ ਸੁਣੀ ਜਾਂਦੀ ਆਮ ਬੰਦੇ ਦੀ, ਤੁਸੀਂ ਆਏ ਹੋ ਤਾਂ ਸੁਣਨਗੇ ਜੀ ਮੇਰੀ। ਆਸ ਲੱਗਦੀ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ? ਬਿਲਕੁਲ ਮਿਲੂਗਾ ਜੀ, ਮੈਨੂੰ ਵੀ ਇਨਸਾਫ ਮਿਲੂਗਾ ਅਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ। ਪਰ ਗੱਲ ਐਂ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ। ਅੱਛਾ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ, ਕੱਲ੍ਹ ਦਾ ਛੁੱਟੀ ਜੀ ਹੈ, ਕੋਈ ਨਾ ਅੱਜ ਖਾ ਲਿਆ ਦੁਬਾਰੇ ਫਿਰ? ਨਹੀਂ ਗੱਲ ਛੋਟੀ ਨਹੀਂ ਹੈਗੀ ਜੀ, ਗੱਲ ਰੋਜ਼ ਰੂਟੀਨ ਦੀ ਹੈ ਜੀ ਇਹ ਗੱਲ। ਕਈ ਵਾਰ ਹੋਰ ਮੇਰੇ ਵੀਰ ਭਾਈ ਨੇ ਉਹਨਾਂ ਦੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੀ, ਉਹ ਵੀ ਮਜਬੂਰੀ 'ਚ ਖਾਣਾ ਪੈ ਜਾਵੇ, ਫਿਰ ਇੰਨਾ ਧੱਕਾ ਇੰਨਾ ਪੈਸੇ ਲੈ ਰਹੇ ਨੇ। ਦਿਹਾੜੀ ਵੀ ਲੱਗਦੀ ਹੋਣੀ? ਲੱਗਦੀ ਨਹੀਂ ਦਿਹਾੜੀਆਂ, ਮਹੀਨੇ 'ਚ ਤਾਂ 20 ਦਿਹਾੜੀਆਂ ਨਹੀਂ ਲੱਗਦੀਆਂ ਸਾਡੀਆਂ, ਤਾਂ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ। ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋ ਰਿਹਾ ਤਾਂ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਚਾਹੀਦੀ ਹੈ? ਬਿਲਕੁਲ ਜੀ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਜੇ ਕੋਈ ਧੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ, ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ। ਐਸਡੀਐਮ ਹੁਣ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ, ਰੇਡੀ ਵਾਲੇ ਨਾਲ ਗੱਲ ਕਰਾਂਗੇ, ਜਾ ਕੇ ਉਹ ਸੋਲਵ ਕਰਾਂਗੇ ਤੁਹਾਡਾ ਮਾਮਲਾ। ਲੱਗਦਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ? ਬਿਲਕੁਲ ਵਧੀਆ ਕੰਮ ਕਰ ਰਹੇ ਜੀ, ਕਰ ਰਹੇ ਨੇ, ਮੇਰੀ ਅਤੇ ਮੇਰੀ ਗੱਲ 'ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ। ਸਰ ਅਕਸਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਕੰਪਲੇਂਟਾਂ ਲੋਕ ਲੈ ਕੇ ਆਉਂਦੇ ਨੇ, ਪਰ ਅੱਜ ਕਸ਼ਮੀਰ ਦੀ 1 ਲੱਖ ਤੋਂ 1 ਸ਼ਿਕਾਇਤ ਮਿਲੀ ਆ, ਕੀ ਆ ਸਰ ਪੂਰਾ ਮਾਮਲਾ? ਇੱਦਾਂ ਸਾਡੇ ਕੋਲ ਕੱਲ੍ਹ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਂਟ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾ ਪਾਰਕ ਦੇ ਕੋਲ ਕੋਈ ਛੋਲੇ ਭਟੂਰੇ ਰੇਹੜੀ ਲਗਾਉਂਦਾ ਅਤੇ ਉਹਦੀ ਦਰਖਾਸਤ ਇਹ ਸੀ ਵੀ ਸਾਡੇ ਉਹ ਭਟੂਰੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ। ਤਾਂ ਉਹ ਬੰਦੇ ਨੇ ਜਿਹੜਾ ਦਰਖਾਸਤ ਕਰਤਾ ਮਾਨਯੋਗ DC ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ, ਤਾਂ ਉਹ DC ਵੱਲੋਂ ਮਾਰਕ ਹੋ ਕੇ ਸਾਡੇ ਕੋਲ ਆ ਗਈ ਹੈ ਅਤੇ ਅਸੀਂ ਕੱਲ੍ਹ ਸ਼ਾਮੀ ਆਈਏ ਅਸੀਂ ਇਹਦੀ ਪੜਤਾਲ ਕਰਵਾ ਰਹੇ ਹਾਂ। ਸੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ, ਅਸੀਂ ਹਰੇਕ ਸ਼ਿਕਾਇਤ ਦੀ ਜੋ ਵੀ ਦਰਖਾਸਤ ਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਉਂਦਾ। ਤਾਂ ਬਾਕੀ ਇਹ ਯੂਨੀਕ ਕੰਪਲੇਂਟ ਤਾਂ ਤੁਹਾਡੇ
ਸਹੀ ਆਖੇ ਵੀ ਯੂਨੀਕ ਹੈ, ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ, ਤਾਂ ਅਸੀਂ ਇਹਦੀ ਵਾਕਈ ਪੜਤਾਲ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਓਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ। ਤੋ ਇਹ ਅਸੀਂ ਪਤਾ ਕਰਾ ਰਹੇ ਜੀ, ਕਿਉਂਕਿ ਉਹਦੇ ਨਾ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਅਤੇ ਮੁਹੱਲਾ ਲਿਖਿਆ ਕਰਤਾਰਪੁਰਾ ਬਸਤੀ, ਤੋ ਹਾਂ ਮਜ਼ਦੂਰੀ ਕਰਦਾ ਨਹੀਂ ਲਿਖਿਆ, ਤੋ ਜੇ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ, ਨਹੀਂ ਤਾਂ ਅਸੀਂ ਬਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ। ਸੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣ ਰਿਹਾ ਪ੍ਰਸ਼ਾਸਨ ਪ੍ਰਤੀ, ਸਰਕਾਰ ਪੱਖੀ ਸਰਕਾਰ ਪ੍ਰਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦੋਂ ਅਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ, ਤਾਂ ਚੰਗੀ ਗੱਲ ਹੈ ਜੀ। ਮੈਂ ਉਹ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਮਤਲਬ ਕਿ ਆਮ ਤੌਰ 'ਤੇ ਅੱਗੇ ਲੋਕ ਸਰਕਾਰੀ ਦਫ਼ਤਰਾਂ 'ਚ ਜਾਣ ਤੋਂ ਡਰਦੇ ਸੀ, ਬਿਲਕੁਲ ਜੀ ਬਿਲਕੁਲ ਜੀ ਸੁਣਵਾਈ ਹੋਏਗੀ। ਹਾਂ ਤਾਂ ਸਾਨੂੰ ਵੀ ਚੰਗਾ ਲੱਗਦਾ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ, ਤਾਂ ਹੀ ਉਹ ਕੁਛ ਨਾ ਕੁਛ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਊਗੀ, ਮੇਰੀ ਕਿਸੇ ਸ਼ਿਕਾਇਤ 'ਤੇ ਜਾਂ ਦਰਖਾਸਤ 'ਤੇ ਕੋਈ ਕਾਰਵਾਈ ਹੋਊਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ। ਸੋ ਇਸੇ ਦੀ ਪੜਤਾਲ ਕਰ ਰਹੇ।